ਤਰੁਕਾਲੇ ਨੇ ਪੰਜਾਬ ਵੱਲ ਪੰਜਾਬ ਵਿੱਚ ਵੱਧ ਰਹੀਆਂ ਗੈਂਗਵਾਰਾਂ ਵਿੱਚ ਨਿਤ ਦਿਨ ਖੂਨੀ ਸੰਘਰਸ਼ ਹੁੰਦਾ ਰਹਿੰਦਾ ਇਸ ਨਾਲ ਸੂਬੇ ਦੇ ਅਮਨ ਕਾਨੂੰਨ ਦੀ ਸਥਿਤੀ ਤੇ ਸਵਾਲੀਆ ਨਿਸ਼ਾਨ ਲੱਗ ਰਹੇ ਨੇ ਬੀਤੇ ਦਿਨੀ ਗੁਰਦਾਸਪੁਰ ਵਿੱਚ ਦਿਨ ਦਿਹਾੜੇ ਗੈਂਗਸਟਰਾਂ ਵੱਲੋਂ ਹਰਪ੍ਰੀਤ ਸਿੰਘ ਸੂਬੇਦਾਰ ਨਾਮ ਦੇ ਗੈਂਗਸਟਰ ਸਮੇਤ ਦੋ ਹੋਰ ਦਾ ਕਤਲ ਕਰਤਾ ਗਿਆ ਸੀ ਇਸ ਦੇ ਮੱਦੇਨਜ਼ਰ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਤਾਜ਼ਾ ਬਿਆਨ ਦਿੰਦੇ ਕਿਹਾ ਕਿ ਜੇਕਰ ਕੋਈ ਗੈਂਗਸਟਰ ਕਿਸੇ ਦੂਜੇ ਗੈਂਗਸਟਰ ਨੂੰ ਮਾਰ ਮੁਕਾਉਂਦਾ ਤਾਂ ਇਸ ਵਿੱਚ ਆਮ ਲੋਕਾਂ ਨੂੰ ਕੀ ਫਰਕ ਪੈਂਦਾ ਉਹਨਾਂ ਕਿਹਾ ਕਿ ਸਰਕਾਰ ਦਾ ਕੰਮ ਗੈਂਗਸਟਰ ਖੁਦ ਕਰ ਰਹੇ ਨੇ ਜ਼ਿਕਰ ਖਾਸ ਹੈ ਕਿ ਬਾਜਵਾ ਗੁਰਦਾਸਪੁਰ ਵਿੱਚ ਸ੍ਰੀ ਅਨੰਦਪੁਰ ਸਾਹਿਬ ਮਾਤਾ ਵੈਸ਼ਨੋ ਦੇਵੀ ਚਿੰਤਪੁਰਨੀ ਲਈ ਬੱਸਾਂ ਦੀ ਰਵਾਨਗੀ ਕਰਨ ਪਹੁੰਚੇ ਸਨ ਕੋਈ ਗੈਂਗਸਟਰ ਦੂਜੇ ਗੈਂਗਸਟਰ ਨੂੰ ਮਾਰੀ ਜਾ ਰਿਹਾ ਕਾਮਨ ਮੈਨ ਨੂੰ ਕੀ ਹੈਗਾ ਜੇ ਇੱਕ ਚੋਰ ਦੂਜੇ ਚੋਰ ਨੂੰ ਮਾਰੀ ਜਾ ਰਿਹਾ ਤੇ ਸਾਨੂੰ ਤੁਹਾਨੂੰ ਕੀ ਗੁੱਸਾ ਹੈ ਕਾਨੂੰਨ ਵਿਵਸਥਾ ਕੋਈ ਨਹੀਂ ਵਿਗੜ ਰਹੀ ਕੰਮ ਖਤਮ ਹੋ ਰਿਹਾ ਜਿਹੜਾ ਸਰਕਾਰ ਨੇ ਖਤਮ ਕਰਨਾ ਸੀ ਵਾਪਸ ਖਤਮ ਕਰੀ ਜਾ ਰਹੇ ਜਿਹੜੇ ਰਹਿ ਜਾਣਗੇ ਸਰਕਾਰ ਫੜ ਲਏ ਮੈਂ ਜਦ ਆਪਣੀ ਇਲੈਕਸ਼ਨ ਦੇ ਦੌਰਾਨ ਮੇਰੇ ਪਰਸਨਲ ਆਪਣਾ ਮੈਨੀਫੈਸਟੋ ਸੀ ਵੀ ਇੱਥੋਂ ਬੱਸਾਂ ਮਾਤਾ ਵੈਸ਼ਨੋ ਦੇਵੀ ਨੂੰ ਮਾਤਾ ਚਿੰਤਪੁਰਨੀ ਨੂੰ ਅਤੇ ਅਨੰਦਪੁਰ ਸਾਹਿਬ ਨੂੰ ਤੋਰਨੀਆਂ ਸੋ ਮੈਂ ਉਹ ਆਪਣਾ ਜੋ ਮੈਂ ਵਾਅਦਾ ਕੀਤਾ ਸੀ ਮੈਂ ਪੂਰਾ ਕਰਦਿਆਂ ਹੋਇਆਂ ਬੱਸਾਂ ਲਿਆਂਦੀਆਂ ਨੇ ਬੱਸਾਂ ਚੱਲਣਗੀਆਂ ਜੇ ਕੋਈ ਹੋਰ ਸ਼ਹਿਰ ਵਾਸੀ ਕਿਸੇ ਹੋਰ ਪਾਸੇ ਦੀ ਮੰਗਣਗੇ ਤਾਂ ਉਹ ਵੀ ਚਲਾਵਾਂ